मामला अमृतसर देहाती पुलिस के अधीन आते थाना चबाला है, जिथों की 15 साल लड़की परमजीत कौर को उन्होंने ही गुआंढ में रहने वाला साजन सिंह नाम का ट्रक ड्राइवर वरगला के मुंबई ले गया। इस विच लड़की के माता पिता बलविंदर कौर और सतनाम सिंह के वालों दसा गया कि बीते 25 दिन तो पुलिस उन्होंने लड़की की भाल कर रही है, कोई भी सुराग नहीं मिलया। उस तो बाद लड़की का मुंबई कोलापुर तो फोन आया और उसनों कुछ होर लड़कियों के नाल बंदी बना के डरा धमका के रखा जा रहा है। उन्होंने कहा कि उन्होंने पुलिस प्रशासन को अपील की कि वह जल्द दोषियों को मिलन और उन्होंने लड़की वापस लिया जाए। उस दूजे पास पुलिस जांच अधिकारी जसवंत सिंह का कहना है कि असी मुकदमा दर्ज कर लिया है, दोषी ट्रक ड्राइवर साजन सिंह को फड़ने उच्च अधिकारी तो आगे लेके पुलिस की टीम जल्द ही मुंबई भेजी जाएगी। ਸਾਨੂੰ ਲੱਭ ਨਹੀਂ ਰਹੀ, ਜਦੋਂ ਆਉਣੇ ਇੱਕ ਆਲਾ ਟਾਲਾ ਕਰ ਦਿੰਦੇ, ਅਸੀਂ SHO ਦੇ ਡਿਊਟੀ ਦੇ ਪੇਸ਼ ਹੋ ਗਏ ਹਾਂ ਅਤੇ ਸਾਨੂੰ ਕੋਈ ਸਾਡੀ ਸੁਣਾਈ ਨਹੀਂ ਹੋਣ ਦੀ। ਗਾੜੀਆਂ ਸਾਨੂੰ ਧਮਕੀਆਂ ਦਿੰਦੇ, ਜੇ ਅਸੀਂ ਪੁੱਛਦੇ ਕਿ ਮੁੰਡੇ ਦਾ ਤੁਹਾਨੂੰ ਫੋਨ ਆਉਂਦਾ ਵਾ, ਸਾਨੂੰ ਦੱਸ ਦਿਓ, ਸਾਨੂੰ ਕੁਛ ਨਹੀਂ ਚਾਹੀਦਾ, ਸਾਡੀ ਕੁੜੀ ਵਾਪਸ ਚਾਹੀਦੀ। ਸਾਡੀ ਕੁੜੀ ਬੱਜਾ ਰਹੇ ਅਤੇ ਉਹਨੂੰ 50 ਮਿੰਟ ਦੀ ਰਸੌਲੀ ਵੀ ਆ, ਸਾਨੂੰ ਇਹੋ ਡਰ ਲੱਗਦਾ ਸਾਡੀ ਕੁੜੀ ਦਾ ਖਤਰਾ ਵਾ, ਸਾਨੂੰ ਕੁੜੀ ਵਾਪਸ ਚਾਹੀਦੀ ਹੈ। ਕੁੜੀ ਕਿੰਨੇ ਸਾਲਾਂ ਦੀ? ਕੁੜੀ 15-14 ਸਾਲਾਂ ਦੀ ਬਸ। ਮੈਨੂੰ ਵਾਪਸ ਲੈ ਕੇ ਜਾਓ, ਮੈਨੂੰ ਪਤਾ ਨੀ ਕਿੱਥੇ ਇਹਨਾਂ ਤਾੜਿਆ ਵਾ, ਮੈਂ ਭੁੱਖੀ ਰਹਿੰਦੀ ਹਾਂ ਤੇ ਆਈ ਰਹਿੰਦੀ ਹਾਂ, ਮੈਨੂੰ ਕੋਈ ਪਤਾ ਨੀ ਲੱਗਦਾ। ਅਸੀਂ 4 ਜਾਣੀਆਂ ਜਿੱਥੇ ਸਾਨੂੰ ਕਮਰੇ ਚ ਬੰਦ ਕੀਤਾ। ਕੀ ਨਾਮ ਕੀ ਗਾ ਮੁੰਡੇ ਦਾ? ਸਾਜਨ ਸਿੰਘ। ਪੱਧਰੀ ਕਲਾਂ ਦੇ ਰਹਿਣ ਵਾਲਾ, ਸਾਡਾ ਗਵਾਂਢੀ ਬਿਲਕੁਲ। ਤੇ ਪੁਲਿਸ ਨੇ ਕੋਈ ਉਹਨਾਂ ਦੇ ਘਰ ਦੀ ਤੋਂ ਕੋਈ ਕਿਸੇ ਨਾਲ ਕੋਈ? ਕੋਈ ਨਹੀਂ, ਉਹਨਾਂ ਦਾ ਡੈਡੀ ਨੂੰ ਲਿਆਂਦਾ ਸੀ 3 ਕੁ ਦਿਨ, ਉਹਨੂੰ ਵੀ ਛੱਡ ਦਿੱਤਾ ਇਹਨਾਂ। ਤੇ ਹੁਣ ਕੀ ਮੰਗ ਕੀ ਕਰਦੇ? ਸਾਡੀ ਇਹੋ ਮੰਗ ਹੈ ਕਿ ਸਾਡੀ ਕੁੜੀ ਸਾਨੂੰ ਵਾਪਸ ਚਾਹੀਦੀ ਆ। ਜੇ ਤੁਹਾਨੂੰ ਧਮਕੀਆਂ ਮਿਲਦੀਆਂ, ਤੁਹਾਨੂੰ ਕੋਈ ਜਾਨ ਮਾਨ ਦਾ ਖਤਰਾ? ਹਾਂਜੀ, ਸਾਨੂੰ ਖਤਰਾ ਹੀ ਆ, ਜਦੋਂ ਨਾਲੇ ਸਾਡੀ ਇੱਕ ਕੁੜੀ ਲੈ ਗਏ, ਸਾਨੂੰ ਧਮਕੀਆਂ ਦਿੰਦੇ ਆ। ਮੈਂ ਉਹਨਾਂ ਦੇ ਡੈਡੀ ਮਰੇ ਨੂੰ 11 ਸਾਲ ਹੋ ਗਏ ਆ, ਮੈਂ ਲੋਕਾਂ ਦੀ ਮਿਹਨਤ ਕਰ ਕਰਕੇ ਕੰਮ ਕਰ ਕਰਕੇ ਇਹਨਾਂ ਨੂੰ ਪਾਲਿਆ ਸੀ, ਪੜ੍ਹਾਇਆ ਸੀ। ਛੋਟਾ ਮੇਰਾ ਬੇਟਾ, ਉਹ ਨਹੀਂ ਸੀ ਬਾਹਰ ਅੰਦਰ ਨਹੀਂ ਜਾਣ ਜੋਗਾ, ਹਾਲੇ ਛੋਟਾ, 3 ਭੈਣਾਂ ਤੋਂ 3 ਬੇਟੀਆਂ 1 ਬੇਟਾ। ਹਾਂਜੀ, ਅਸੀਂ ਸਾਰਿਆਂ ਕੋਲ ਹੋ ਕੇ ਆਏ, ਡੀਸੀ ਸਾਹਿਬ ਦੇ ਵੀ ਉੱਤੇ ਗਏ, ਡਾਕਟਰ ਕੋਲ ਵੀ, ਅਗਨੀਹੋਤਰੀ ਕੋਲ, ਸਾਨੂੰ ਕਿਸੇ ਨੇ ਇਹੋ ਕਹਿ ਦੇ ਤੁਹਾਡੀ ਕੁੜੀ ਵਾਪਸ ਆ ਜਾਊਗੀ। ਅੱਜ ਸਾਨੂੰ 25 ਦਿਨ ਹੋ ਗਏ ਤੁਰੇ ਫਿਰਦੇ ਨੂੰ, ਪਰ ਸਾਨੂੰ ਕੋਈ ਸੁਣਾਈ ਨਹੀਂ ਸਾਡੀ ਹੋਈ, ਬਸ ਸਾਨੂੰ ਕੁੜੀ ਸਾਡੀ ਵਾਪਸ ਚਾਹੀਦੀ। ਹਾਂਜੀ, ਮੇਰਾ ਨਾਮ ਬਿਕਰਮਜੀਤ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ? ਮੈਂ ਜੀ ਪੱਧਰੀ ਰਹਿਣ ਵਾਲਾ ਜੀ। ਕੀ ਗੱਲ ਗੱਲ ਹੋਈ ਜੀ? ਆਪਾਂ ਮਤਲਬ ਵੀ ਥੋੜ੍ਹੇ ਦਿਨ ਪਹਿਲਾਂ ਆਪਣੇ ਘਰ ਦੇ ਵਿੱਚ ਮੇਰੀ ਸਾਲੀ ਲੱਗਦੀ ਆ ਜਿਹੜੀ ਮਿਸ ਹੋ ਗਈ ਆ, ਅਤੇ ਆਪਾਂ ਜਦੋਂ ਕਾਰਵਾਈ ਕੀਤੀ ਪੁੱਛਿਆ ਵਾ ਅਤੇ ਸਾਜਨ ਸਿੰਘ ਦਾ ਜਿਹੜਾ ਮਤਲਬ ਲੜਕੀ ਨੂੰ ਭਜਾ ਕੇ ਲੈ ਗਿਆ ਵਾ, ਕੰਢੇ ਭਜਾ ਕੇ ਲੈ ਗਿਆ, ਅਤੇ ਆਪਾਂ ਅੱਗੇ ਰਿਪੋਰਟ ਲਿਖਾਈ ਆ ਥਾਣੇ ਦੇ ਵਿੱਚ। ਥਾਣੇ ਰਿਪੋਰਟ ਲਿਖਾਉਣ ਤੋਂ ਬਾਅਦ ਆਪਾਂ ਗੱਲ ਵੀ ਕੀਤੀ ਆ ਵੀ ਆਹ ਗੱਲਬਾਤ, ਥਾਣੇ ਵਾਲਿਆਂ ਨੇ ਬਣਦੀ ਕਾਰਵਾਈ ਕੋਈ ਨਹੀਂ ਕੀਤੀ। ਸਾਜਨ ਸਿੰਘ ਦਾ ਨਾਂ ਜੀ, ਅਤੇ ਉਹ ਮਤਲਬ ਬੰਬਈ ਦੇ ਵਿੱਚ ਰਹਿ ਰਿਹਾ ਕੋਲਹਾਪੁਰ ਦੇ ਵਿੱਚ, ਅਤੇ ਆਪਾਂ ਨੂੰ ਮਤਲਬ ਤਕਰੀਬਨ ਜਾਣਕਾਰੀ ਵੀ ਹੈਗੀ ਆ ਵੀ ਇੱਥੋਂ ਤੱਕ ਇੱਥੇ ਰਹਿ ਰਿਹਾ ਵਾ, ਗਾੜੀ ਹੁਣ ਜਿੱਦਾਂ ਪੁਲਿਸ ਕਰੂਗੀ ਆਪਾਂ ਪੁਲਿਸ ਦੇ ਨਾਲ ਹਾਂ ਜੀ, ਜਿਵੇਂ ਉਹ ਕਰਦੇ ਆ ਫਿਰ ਅਸੀਂ ਕੁਝ ਕਰ ਨਹੀਂ ਸਕਦੇ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਜਿੱਦਾਂ ਹੋ ਸਕੇ ਸਾਡੀ ਕੁੜੀ ਸਾਡੇ ਘਰ ਪਟਾਈ ਜਾਵੇ, ਪੁਲਿਸ ਪ੍ਰਸ਼ਾਸਨ ਨੂੰ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ। ਉਸ ਤੋਂ ਬਾਅਦ ਇੱਕ ਦਫ਼ਾ ਗੱਲ ਹੋਈ ਹੈ ਜੀ, ਕੁੜੀ ਬਹੁਤ ਜ਼ਿਆਦਾ ਰੋ ਰਹੀ ਸੀ, ਪਰੇਸ਼ਾਨ ਸੀ, ਕਹਿ ਰਹੀ ਮੈਂ ਮਤਲਬ ਕਮਰੇ 'ਚ ਬੰਦ ਕੀਤੀ ਹੋਈ ਹਾਂ, ਮੇਰੇ ਨਾਲ 2 ਕੁੜੀਆਂ 3 ਕੁੜੀਆਂ ਹੋਰ ਆ, ਅਸੀਂ 4 ਜਣੀਆਂ ਵਾਂ, ਸਾਨੂੰ ਬਹੁਤ ਜ਼ਿਆਦਾ ਮਤਲਬ ਵੀ ਕਸ਼ਟ ਦੇ ਬੈਠੇ ਹਾਂ, ਸਾਨੂੰ ਬਹੁਤ ਜ਼ਿਆਦਾ ਟੋਰਚਰ ਕੀਤਾ ਜਾ ਰਿਹਾ ਵਾ, ਅਤੇ ਸਾਨੂੰ ਮਤਲਬ ਮੰਮੀ ਜੀ ਆ ਕੇ ਲੈ ਜਾਓ, ਸਾਨੂੰ ਬਹੁਤ ਬੁਰਾ ਹਾਲ ਹੈ। ਕੋਈ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਉਹ ਜਿਹੜਾ ਬੰਦਾ ਧਮਕੀਆਂ ਦਿੰਦਾ ਉਹ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ, ਅਤੇ ਸਾਡੀ ਕੁੜੀ ਸਾਡੇ ਤੋਂ ਸੇਫਲੀ ਸਾਡੇ ਕੋਲ ਹਾਜ਼ਰ ਕੀਤੀ ਜਾਵੇ, ਸਾਡੇ ਘਰ ਪਹੁੰਚਾਈ ਹੈ। ਪੱਧਰੀ ਪਿੰਡ ਦੇ ਵਿੱਚ ਬਲਜਿੰਦਰ ਕੌਰ ਪਤੀ ਸਤਨਾਮ ਸਿੰਘ ਨੇ ਜਿਹੜਾ 8-6-21 ਮੁਕੱਦਮਾ ਦਰਜ ਕਰਾਇਆ, ਉਹਦੀ ਜਿਹੜੀ ਲੜਕੀ ਹੈ ਕਰਮਜੀਤ ਕੌਰ, ਉਮਰ 15 ਸਾਲ, ਉਹ 25-5-21 ਨੂੰ ਜਿਹੜੇ ਸੁਬਹਾ 5 ਵਜੇ ਵੇਖਿਆ ਵੀ ਉਹ ਬੈੱਡ 'ਤੇ ਹਾਜ਼ਰ ਨਹੀਂ ਸੀਗੀ, ਅਤੇ ਉਹ ਹਫ਼ਤਾ ਖੰਡ ਉਹਦੀ ਪੜਤਾਲ ਕਰਦੇ ਰਹੇ, ਬਾਅਦ ਵਿੱਚ ਉਹਨੂੰ ਪਤਾ ਲੱਗਿਆ ਕਿ ਲੜਕੀ ਨੂੰ ਸਾਜਨ ਪੁੱਤਰ ਰਸ਼ਪਾਲ ਸਿੰਘ ਉਹਨਾਂ ਦੇ ਪਿੰਡ ਦਾ ਮੁੰਡਾ ਹੈ, ਉਹਨੂੰ ਲੈ ਕੇ ਫਰਾਰ ਹੋ ਗਿਆ। ਇਸ ਜਿਹੜਾ ਮੁਕੱਦਮਾ ਅੰਡਰ ਸੈਕਸ਼ਨ 363 ਏ IP ਜਿਹੜਾ ਦਰਜ ਰਜਿਸਟਰ ਕੀਤਾ, ਜਿਹੜਾ ਜਿਸ ਦੀ ਤਫਤੀਸ਼ ਹੈ ਇਹ ਅਸੀਂ ਸਰਬਜੀਤ ਸਿੰਘ ਕਰ ਰਹੇ ਹਾਂ, ਅਤੇ ਦੋਸ਼ੀ ਦੀ ਤਲਾਸ਼ ਵੀ ਕਾਫੀ ਰੇਡ ਕੀਤੇ ਜਾ ਰਹੇ ਆ। ਹੁਣ ਪ੍ਰੋਸੀਜਰ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਸਾਜਨ ਆ
ਗੰਬੇ ਦੇ ਵਿੱਚ ਟਰੱਕ ਡਰਾਈਵਰੀ ਕਰਦਾ ਸੀ ਵੀ ਉੱਥੇ ਹੋ ਸਕਦਾ ਅਤੇ ਅਸੀਂ ਜਿਹੜੀ ਆਪਣੀ ਟੀਮ ਬੰਬੇ ਭੇਜਣ ਲਈ ਸੀਨੀਅਰ ਅਫਸਰਾਂ ਪਾਸੋਂ ਮਨਜ਼ੂਰੀ ਹਾਸਲ ਕਰ ਰਹੇ ਹਾਂ ਜਲਦੀ ਦੋਸ਼ੀਆਂ ਗ੍ਰਿਫਤਾਰ ਕਰ ਲਿਆ ਜਾਵੇਗਾ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।